ਇੱਕ ਤੇਜ਼ ਰਫ਼ਤਾਰ ਕਾਰ ਨੇ ਸਰਕਾਰੀ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ, ਫਿਰ ਡਿਵਾਈਡਰ ਦੇ ਨਾਲ ਜਾ ਟਕਰਾਈ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ। ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਹਾਦਸਾ ਹੋਇਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਰੋਡਵੇਜ਼ ਦੀ ਬੱਸ ਦੇ ਨਾਲ ਜ਼ੋਰਦਾਰ ਟੱਕਰ ਮਾਰੀ ਬਾਅਦ ਵਿੱਚ ਡਿਵਾਈਡਰ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ 2 ਲੋਕ ਜ਼ਖਮੀ ਹੋਏ ਨੇ ਔਰ ਬਾਕੀ ਲੋਕਾਂ ਦਾ ਬਚਾ ਰਿਹਾ। ਸਵਾਰੀਆਂ ਨੂੰ ਚੜਾ ਕੇ ਬੱਸ ਹਲੇ ਤੁਰਨ ਲੱਗੀ ਸੀ, ਇਹਨਾਂ ਨੂੰ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਸਿੱਧਾ ਬੱਸ ਨੂੰ ਠੋਕ ਦਿੱਤਾ ਔਰ ਫਿਰ ਡਿਵਾਈਡਰ ਦੇ ਨਾਲ ਟਕਰਾ ਗਈ। ਬੱਸ ਦੇ ਡਰਾਈਵਰ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਆਪਣੀ ਬੱਸ ਹੈ ਜੀ, ਤੁਸੀਂ ਬੱਸ ਦੇ ਡਰਾਈਵਰ ਹੋ, ਕੀ ਨਾਮ ਆਪਣਾ? ਪਰਮੀਤ ਸਿੰਘ। ਪਰਮੀਤ ਸਿੰਘ, ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਪਟਿਆਲੇ ਤੋਂ ਆ ਰਹੇ ਜੀ। ਪਟਿਆਲੇ ਤੋਂ ਆ ਰਹੇ ਸੀ, ਪਟਿਆਲਾ ਜਾ ਰਹੇ ਆ। ਓਕੇ, ਇੱਥੇ ਕਿਹਦਾ ਇਹ ਸਵਾਰੀ ਲਾ ਕੇ ਸ਼ੇਰਪੁਰ ਜਾਂ ਸਵਾਰੀ ਲਾ ਕੇ ਤੁਰਨ ਲੱਗੇ ਆ, ਪਿੱਛੋਂ ਗੱਡੀ ਬਹੁਤ ਤੇਜ਼ ਆਉਂਦੀ, ਫਾਸਟ ਆਉਂਦੀ। ਅੱਛਾ ਜੀ, ਉਹ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ, ਉਹ ਅਗਲੇ ਟਾਇਰ ਦੇ ਆਣ ਕੇ ਨਾਲ ਵੱਜੀ ਆ ਤੇ ਭੱਜ ਕੇ ਨਾਲ ਗੱਡੀ ਦੀ ਸਪੀਡ ਕਿੰਨੀ ਕੁ ਹੋਊਗੀ ਜੇ ਜਿਹੜੀ ਤੁਹਾਡੀ ਗੱਡੀ ਬਈ ਵਿੱਚ ਵੱਜੇ ਕਾਰ? ਠੀਕ ਹੈ, ਪੰਜਾਬ ਰੋਡਵੇਜ਼ ਦੀ ਬੱਸ ਹੈ ਸਰ? ਠੀਕ ਹੈ, ਬਟਾਲਾ ਡਿਪੂ ਦੀ। ਠੀਕ ਹੈ ਜੀ। ਇੱਕ ਤੇਜ਼ ਰਫ਼ਤਾਰ ਕਾਰ ਨੇ ਸਰਕਾਰੀ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ, ਫਿਰ ਡਿਵਾਈਡਰ ਦੇ ਨਾਲ ਜਾ ਟਕਰਾਈ। ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ। ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਇਹ ਹਾਦਸਾ ਹੋਇਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਰੋਡਵੇਜ਼ ਦੀ ਬੱਸ ਦੇ ਨਾਲ ਜ਼ੋਰਦਾਰ ਟੱਕਰ ਮਾਰੀ ਬਾਅਦ ਵਿੱਚ ਡਿਵਾਈਡਰ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ 2 ਲੋਕ ਜ਼ਖਮੀ ਹੋਏ ਨੇ ਔਰ ਬਾਕੀ ਲੋਕਾਂ ਦਾ ਬਚਾ ਰਿਹਾ। ਸਵਾਰੀਆਂ ਨੂੰ ਚੜਾ ਕੇ ਬੱਸ ਹਲੇ ਤੁਰਨ ਲੱਗੀ ਸੀ, ਇਹਨਾਂ ਨੂੰ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਸਿੱਧਾ ਬੱਸ ਨੂੰ ਠੋਕ ਦਿੱਤਾ ਔਰ ਫਿਰ ਡਿਵਾਈਡਰ ਦੇ ਨਾਲ ਟਕਰਾ ਗਈ। ਬੱਸ ਦੇ ਡਰਾਈਵਰ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਆਪਣੀ ਬੱਸ ਹੈ ਜੀ, ਤੁਸੀਂ ਬੱਸ ਦੇ ਡਰਾਈਵਰ ਹੋ, ਕੀ ਨਾਮ ਆਪਣਾ? ਪਰਮੀਤ ਸਿੰਘ। ਪਰਮੀਤ ਸਿੰਘ, ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਪਟਿਆਲੇ ਤੋਂ ਆ ਰਹੇ ਜੀ। ਪਟਿਆਲੇ ਤੋਂ ਆ ਰਹੇ ਸੀ, ਜਾ ਰਹੇ ਆ। ਓਕੇ, ਇੱਥੇ ਕਿਹਦਾ ਇਹ ਸਵਾਰੀ ਲਾ ਕੇ ਸ਼ੇਰਪੁਰ ਜਾਂ ਸਵਾਰੀ ਲਾ ਕੇ ਤੁਰਨ ਲੱਗੇ ਆ, ਗੱਡੀ ਬਹੁਤ ਤੇਜ਼ ਆਉਂਦੀ, ਫਾਸਟ ਆਉਂਦੀ। ਅੱਛਾ ਜੀ, ਉਹ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ, ਉਹ ਅਗਲੇ ਟਾਇਰ ਦੇ ਆਣ ਕੇ ਨਾਲ ਵੱਜੀ ਆ ਤੇ ਭੱਜ ਕੇ ਨਾਲ ਗੱਡੀ ਦੀ ਸਪੀਡ ਕਿੰਨੀ ਕੁ ਹੋਊਗੀ ਜੇ ਜਿਹੜੀ ਤੁਹਾਡੀ ਗੱਡੀ ਬਈ ਵਿੱਚ ਵੱਜੇ ਕਾਰ? ਠੀਕ ਹੈ, ਪੰਜਾਬ ਰੋਡਵੇਜ਼ ਦੀ ਬੱਸ ਹੈ ਸਰ? ਠੀਕ ਹੈ, ਬਟਾਲਾ ਡਿਪੂ ਦੀ। ਠੀਕ ਹੈ ਜੀ।